ਲਾਲ ਸਰ ਇਹ ਸੀਗਾ ਸਪਲੈਂਡਰ ਸੀਗਾ, ਇਹਨੇ ਕੀ ਕੀਤਾ ਜੀ ਮੇਰੇ ਤੋਂ ਪੈਸੇ ਜੀ ਮੈਂ ਨਕਲਿਆ, ਮੇਰੇ ਨੈਕ ਤੋਂ ਲਾਲ ਸੀਗਾ ਹੈ, ਇਹਨੇ ਮੈਨੂੰ ਆ ਕੇ ਚਾਰ ਜਣੇ ਚੱਕਦਮ ਪੈ ਗਏ ਇਹ, ਪਹਿਲਾਂ ਮੇਰੇ ਤੋਂ ਮੋਟਰਸਾਈਕਲ ਕਦੀ ਅੱਗੇ ਕਰੀ ਜਾਣ ਕਦੀ ਪਿੱਛੇ ਕਰੀ ਜਾਣ, ਫਿਰ ਆ ਕੇ ਮੈਨੂੰ ਨਜਾਇਜ਼ ਕਹਿਣ ਕੇ ਤੁਸੀਂ ਕਹਿੰਦਾ ਤੂੰ ਸਾਡੇ ਲੋਰਾ ਉਰਾ ਦੇਖਦਾ, ਮੈਂ ਮੋਟਰਸਾਈਕਲ ਖਿੱਚਦਾ ਕਰਾਉਂਦਾ। ਹੁਸ਼ਿਆਰਪੁਰ ਦੇ ਵਿੱਚ ਹੋਏ ਸਰਪੰਚ ਦੇ ਕਤਲ ਮਾਮਲੇ 'ਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਸ ਸਰਪੰਚ ਸੰਦੀਪ ਦਾ ਕਤਲ ਕੀਤਾ ਗਿਆ। ਦਰਅਸਲ ਤੁਹਾਨੂੰ ਪੂਰਾ ਮਾਮਲਾ ਦੱਸ ਦਈਏ ਕਿ ਬੀਤੇ ਦਿਨਾਂ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਜਦੋਂ ਆਪਣੇ ਡੰਪ ਦੇ ਕੋਲ ਖੜਾ ਸੀ ਤਾਂ ਉਸਦੇ ਕੋਲ ਤਿੰਨ ਬਾਈਕ ਦੇ ਉੱਤੇ ਸਵਾਰ ਹੋ ਕੇ ਹਮਲਾਵਰ ਆਉਂਦੇ ਨੇ। ਪਹਿਲਾਂ ਉਸਦੇ ਨਾਲ ਹੱਥ ਮਿਲਾਇਆ ਜਾਂਦਾ ਅਤੇ ਉਸਦੀ ਛਾਤੀ ਦੇ ਵਿੱਚ ਕਿਹਾ ਜਾ ਰਿਹਾ ਕਿ ਗੋਲੀ ਮਾਰ ਕੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਉਸਦੀ ਮੌਕੇ 'ਤੇ ਹੀ ਕਿਹਾ ਜਾ ਰਿਹਾ ਸੀ ਕਿ ਮੌਤ ਹੋ ਗਈ, ਜਿਸ ਤੋਂ ਬਾਅਦ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ 24 ਘੰਟਿਆਂ ਦੇ ਅੰਦਰ ਮੁਲਜ਼ਮ ਨਾ ਫੜੇ ਗਏ ਤਾਂ ਉਹਨਾਂ ਦੇ ਵੱਲੋਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਤਾਂ ਹੁਣ ਦੱਸ ਦਈਏ ਕਿ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਜੋ ਇਹ ਕਤਲ ਹੋਇਆ ਇਹ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ। ਦਰਅਸਲ ਕੁਝ ਮਹੀਨੇ ਪਹਿਲਾਂ ਬੱਚਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਅਤੇ ਉਹ ਲੜਾਈ ਨੇ ਹੁਣ ਖੂਨੀ ਰੂਪ ਧਾਰਿਆ, ਜਿਸ ਦੇ ਵਿੱਚ ਇੱਕ ਸਰਪੰਚ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦਰਅਸਲ ਇਹ ਸਰਪੰਚ ਆਪਣੇ ਡੰਪ ਦੇ ਕੋਲ ਖੜਾ ਸੀ ਅਤੇ ਹਮਲਾਵਰ ਉੱਥੇ ਆਉਂਦੇ ਨੇ, ਪਹਿਲਾਂ ਹੱਥ ਮਿਲਾਉਂਦੇ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਗੋਲੀਆਂ ਮਾਰ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਅਤੇ ਇੱਕ ਵੀਡੀਓ ਵੀ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਇਸ ਦੇ ਵਿੱਚ ਸ਼ਾਮਿਲ ਜੋ ਸ਼ਖਸ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਕਤਲ ਕੀਤਾ ਗਿਆ। ਅਜਿਹੇ ਇਲਜ਼ਾਮ ਹੁਣ ਇਹਨਾਂ ਸ਼ਖਸ ਦੇ ਉੱਤੇ ਲੱਗਦੇ ਨਜ਼ਰ ਆ ਰਹੇ ਨੇ। ਅੱਜ ਸਵੇਰ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਵੀ ਗੋਲੀ ਚੱਲੀ ਆ ਸੜਕੇ ਅੱਡੇ ਦੇ ਵਿੱਚ, ਔਰ ਇਮੀਡੀਏਟਲੀ ਸਾਡੀ ਪੁਲਿਸ ਪਾਰਟੀਜ਼ ਮੂਵ ਹੋਈਆਂ, ਇਨਕਲੂਡਿੰਗ SSP ਸਾਹਿਬ ਆਪ ਮੌਕੇ 'ਤੇ ਆਏ ਸੀ, ਔਰ ਸਵੇਰ ਤੋਂ ਹੀ ਸਾਡੀਆਂ ਵੱਖ ਵੱਖ ਟੀਮਾਂ SHOs ਔਰ CI ਦੀਆਂ ਟੀਮਾਂ ਮੂਵ ਕੀਤੀਆਂ ਹੋਈਆਂ। ਉਹਦੇ ਵਿੱਚੋਂ ਇੱਕ ਬੰਦਾ ਅਸੀਂ ਆਈਡੈਂਟੀਫਾਈ ਕੀਤਾ ਜਿਹੜਾ ਅਨੂਪ ਵਿੱਕੀ ਨਾਂ ਦਾ ਹੈਗਾ ਮੁੰਡਾ, ਔਰ ਉਹਦੇ 'ਤੇ ਸਾਡਾ ਵਰਕ ਚੱਲ ਰਿਹਾ। ਦੋ ਬੰਦੇ ਜਿਹੜੇ ਹਾਲੇ ਅਨਆਈਡੈਂਟੀਫਾਈ ਹੈਗੇ ਆ, ਉਹਨਾਂ ਨੂੰ ਵੀ ਅਸੀਂ ਜਲਦੀ ਟਰੇਸ ਕਰ ਲਾਂਗੇ, ਔਰ ਇਸ ਸੰਬੰਧ ਵਿੱਚ ਅਸੀਂ FIR ਦਰਜ ਕਰ ਦਿੱਤੀ ਗਈ ਹੈ 302 ਦੇ ਵਿੱਚ, ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਕੋਈ ਇਹਨਾਂ ਦੀ ਪਹਿਲਾਂ ਕੋਈ ਮਈ ਜੂਨ ਦੇ ਵਿੱਚ ਇੱਕ ਝਗੜਾ ਹੋਇਆ ਸੀਗਾ ਬੱਚਿਆਂ ਦਾ, ਕੁਛ ਸਰਪੰਚ ਸਾਹਿਬ ਦੇ ਮੇਰੇ ਹਿਸਾਬ ਨਾਲ ਭਤੀਜੇ ਸੀਗੇ ਉਹ ਟੱਬਰ ਦੇ ਵਿੱਚੋਂ, ਔਰ ਇਹ ਲੜਕਾ ਵਿੱਕੀ ਅਤੇ ਇਹਦੇ ਨਾਲ ਦੇ 2-3 ਸਾਥੀ ਹੋਰ ਸੀਗੇ, ਇਹਨਾਂ ਦਾ ਆਪਸ 'ਚ ਝਗੜਾ ਹੋਇਆ ਸੀਗਾ, ਜਿਹਦਾ ਕਿ ਬੈਠ ਕੇ ਪੰਚਾਇਤੀ ਤੌਰ 'ਤੇ ਦੋਨਾਂ ਧਿਰਾਂ ਦੇ ਮੋਹਤਵਾਰ ਬੰਦਿਆਂ ਨੇ ਇਹਨਾਂ ਦਾ ਰਾਜ਼ੀਨਾਮਾ ਕਰਾ ਦਿੱਤਾ ਸੀਗਾ। ਪਰੰਤੂ ਉਸ ਝਗੜੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਗਈ ਸੀਗੀ ਜਿਹੜੇ ਵਿੱਕੀ ਦੀ, ਉਹ ਜੋ ਹੁਣ ਤੱਕ ਦੀ ਮੁੱਢਲੀ ਤਫਤੀਸ਼ ਇਹੀ ਆ ਰਿਹਾ ਵੀ ਉਸੇ ਰੰਜਿਸ਼ ਦੇ ਤਹਿਤ ਹੀ ਇਹ ਜਿਹੜਾ ਅੱਜ ਵਾਲਾ ਜਿਹੜਾ ਇਹ ਮਰਡਰ ਹੋਇਆ ਉਹ ਪੁਰਾਣੀ ਰੰਜਿਸ਼ ਹੀ ਇਹਨਾਂ ਦੀ ਪਰਸਨਲ ਚੱਲੀ ਜਾ ਰਹੀ ਸੀ, ਉਸ ਉਹਦੇ ਵਿੱਚ ਹੀ ਇਹ ਅੱਜ ਦਾ ਜਿਹੜਾ ਇੰਸੀਡੈਂਟ ਹੋਇਆ ਹੈਗਾ। ਹਾਂ ਨਹੀਂ, ਹਾਲੇ ਤੱਕ ਤਾਂ ਜਿਹੜੇ ਸਾਨੂੰ ਉੱਥੇ ਹੋਲ ਮਿਲੇ ਹੈਗੇ ਆ ਜਿਹੜੇ ਯੂਜ਼ ਹੋਏ ਆ ਉਹ 32 ਬੋਰ ਦੇ ਹੈਗੇ ਆ, ਔਰ ਜਦੋਂ ਅਸੀਂ ਬੰਦੇ ਅਰੈਸਟ ਕਰਾਂਗੇ ਫਿਰ ਹੀ ਕਲੀਅਰ ਹੋਏਗਾ ਵੀ ਲਾਇਸੈਂਸੀ ਵੈਪਨ ਸੀ ਜਾਂ ਇਲੀਗਲ ਵੈਪਨ ਸੀ।